ਇੰਝ ਲੱਗਦਾ ਜਿਵੇਂ ਭਾਰਤੀ ਫੌਜ ਨੇ BSF ਜਵਾਨ ਨਰਿੰਦਰ ਸਿੰਘ ਦੀ ਕਰੂਰਤਾ ਨਾਲ ਹੱਤਿਆ ਦਾ ਬਦਲਾ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਕੇ ਲਿਆ ਏ। ਕੇਂਦਰੀ ਗ੍ਰਹਿ ਮੰਤਰੀ ਦੇ ਭਾਸ਼ਣ ਤੇ ਗੌਰ ਕਰੀਏ ਤਾਂ ਇਹੀ ਲੱਗਦਾ ਏ। ਰਾਜਨਾਥ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਸੀ ਕਿ BSF ਜਵਾਨ ਨਰਿੰਦਰ ਸਿੰਘ ਦੇ ਨਾਲ ਹਾਲ ਹੀ ਵਿੱਚ ਹੋਈ ਬਦਸਲੂਕੀ ਦੇ ਬਦਲੇ ਵਿੱਚ 2-3 ਦਿਨ ਪਹਿਲਾਂ ਹੀ ਕੁਝ ਠੀਕ ਠਾਕ ਹੋਇਆ ਏ, ਪਰ ਇਸ ਬਾਰੇ ਤੁਹਾਨੂੰ ਅਜੇ ਨਹੀਂ ਦੱਸਿਆ ਗਿਆ। ਮੁਜ਼ੱਫਰਨਗਰ ਦੇ ਸ਼ੁਕਰਤਾਲ ਵਿੱਚ ਸਿੰਘ ਨੇ ਕਿਹਾ ਕਿ ਸਾਡੇ ਫੌਜ ਦੇ ਜਵਾਨ ਨਾਲ ਕਰੂਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇੱਕ ਇੱਕ ਘੁਸਪੈਠ ਨੂੰ ਖਦੇੜ ਦਿੱਤਾ ਜਾਵੇਗਾ।